ਸ਼ਾਮਿਲ ਹੋ ਕੇ ਔਰ ਪ੍ਰਭੂ ਦੀ ਮਹਿਮਾ ਨੂੰ ਵਧਾ ਸਕਦੇ ਨੇ। ਸਾਰਿਆਂ ਨਗਰ ਨਿਵਾਸੀਆਂ ਨੂੰ ਬੇਨਤੀ ਆ ਕਿ ਅਸੀਂ ਆਪਣੇ ਪਰਮੇਸ਼ਵਰ ਨੂੰ ਅੱਜ ਜੋ ਪੂਰੇ ਸੰਸਾਰ ਦਾ ਮੁਕਤੀਦਾਤਾ ਹੋ ਕੇ ਸੰਸਾਰ ਵਿੱਚ ਆਏ ਔਰ ਉਹਨੇ ਸਾਡੇ ਸਾਰਿਆਂ ਦੇ ਵਾਸਤੇ ਇੱਕ ਪ੍ਰੇਮ ਦਾ ਸੰਦੇਸ਼ ਦਿੱਤਾ ਹੈ ਜਿਹਦੇ ਦੁਆਰਾ ਖੁਦਾ ਦੇ ਕਲਾਮ 'ਚ ਲਿਖਿਆ ਜਿਹੜਾ ਪਰਮੇਸ਼ਵਰ ਨੂੰ ਪਿਆਰ ਕਰਦਾ ਹੈ ਉਹ ਮਨੁੱਖਾਂ ਨੂੰ ਖੁਦਾ ਦੇ ਬਣਾਏ ਹੋਏ ਲੋਕਾਂ ਨੂੰ ਪਿਆਰ ਕਰਦਾ ਹੈ। ਜਿਹੜਾ ਖੁਦਾ ਦੇ ਬਣਾਏ ਹੋਏ ਲੋਕਾਂ ਨੂੰ ਪਿਆਰ ਨਹੀਂ ਕਰਦਾ ਹਾਂਜੀ ਯਾਰ ਸ਼ੁਭ ਦਿਹਾੜੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ? ਅੱਜ ਪ੍ਰਭੂ ਯਸੂ ਮਸੀਹ ਦੇ ਜਨਮ ਦਿਹਾੜੇ ਤੇ ਸਾਰੇ ਬਟਾਲਾ ਵਾਸੀਆਂ ਅਤੇ ਪੰਜਾਬ ਵਾਸੀਆਂ ਅਤੇ ਦੇਸ਼ ਵਾਸੀਆਂ ਨੂੰ ਇਸ ਕ੍ਰਿਸਮਸ ਡੇ ਤੇ ਬਹੁਤ ਬਹੁਤ ਵਧਾਈ ਦਿੰਦੇ ਹਾਂ। ਉਸ ਮਹਾਨ ਸ਼ਖਸੀਅਤ ਜਿਹਨੇ ਅੱਜ ਤੋਂ 2023 ਸਾਲ ਪਹਿਲਾਂ ਇਸ ਧਰਤੀ 'ਤੇ ਜਨਮ ਲਿਆ ਔਰ ਜਨਮ ਲੈ ਕੇ ਉਹ ਮਹਾਨ ਇਸ ਕਰਕੇ ਬਣਿਆ ਉਹ ਧਰਤੀ ਦੇ ਉੱਤੇ ਸਭ ਤੋਂ ਮਹਾਨ ਸੀ ਔਰ ਉਹਦਾ ਆਉਣਾ ਮਹਾਨ ਸੀ ਉਹਦਾ ਧਰਤੀ ਤੋਂ ਜਾਣਾ ਮਹਾਨ ਸੀ ਅਤੇ ਉਹਦਾ ਧਰਤੀ 'ਤੇ ਰਹਿਣਾ ਵੀ ਮਹਾਨ ਸੀ। ਇਸ ਕਰਕੇ ਇੱਕ ਮਹਾਨ ਸ਼ਖਸੀਅਤ ਦਾ ਅੱਜ ਅਸੀਂ ਜਨਮ ਦਿਨ ਮਨਾ ਰਹੇ ਹਾਂ ਜਿਹੜਾ ਕਿ ਬਹੁਤ ਹੀ ਖੁਸ਼ੀਆਂ ਨਾਲ ਸਾਰੇ ਦੇਸ਼ ਵਾਸੀਆਂ ਨੂੰ ਔਰ ਪੰਜਾਬ ਵਾਸੀਆਂ ਨੂੰ ਅਸੀਂ ਵਧਾਈ ਦਿੰਦੇ ਹਾਂ ਔਰ ਸਲਾਮ ਦੀ ਦੁਆ ਮੰਗਦੇ ਹਾਂ। ਮੈਂ ਸਾਰੇ ਭਾਰਤ ਵਾਸੀਆਂ ਪੰਜਾਬ ਵਾਸੀਆਂ ਆਪਣੇ ਖਾਸ ਤੌਰ ਤੇ ਬਟਾਲਾ ਵਾਸੀਆਂ ਮਾਨਯੋਗ ਸਾਡੇ ਬਿਸ਼ਪ ਜਗਿੰਦਰਪਾਲ ਜੀ ਤੇ ਜਿਨ੍ਹਾਂ ਦੀ ਅਗਵਾਈ 'ਚ ਅੱਜ ਦੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਰਕੇਸ਼ ਜੀ ਭਾਸਾ ਸਾਹਿਬ ਸਾਡੇ ਬਜ਼ੁਰਗ ਪਾਸਟਰ ਤੇ ਰਿਆ ਤੋਂ ਚੱਲ ਕੇ ਮੇਰੇ ਵੀਰ ਜੀ ਉਹਨਾਂ ਸਾਹਿਬ ਦੀ ਉਹਨਾਂ ਦੀ ਟੀਮ ਸਾਰਿਆਂ ਨੂੰ ਅੱਜ ਦੇ ਸ਼ੁਭ ਦਿਹਾੜੇ ਦੇ ਉੱਤੇ ਬਹੁਤ ਬਹੁਤ ਮੁਬਾਰਕਾਂ ਤੇ ਪੂਰੀ ਟੀਮ ਦਾ ਬਹੁਤ ਧੰਨਵਾਦ ਆ ਜਿਨ੍ਹਾਂ ਦੇ ਰਹਿਣ ਮਨ ਦੇ ਵਿੱਚ ਅੱਜ ਬਟਾਲਾ ਦੇ ਵਿੱਚ ਜਿਹੜੀ ਆ ਸ਼ੋਭਾ ਯਾਤਰਾ ਦਾ ਯਸੂ ਮਸੀਹ ਦੇ ਨਾਮ ਉੱਚਾ ਕਰਨ ਵਾਸਤੇ ਆਯੋਜਨ ਕੀਤਾ ਗਿਆ। ਥੈਂਕ ਯੂ ਵੈਰੀ ਮਚ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਮਿਲ ਹੋ ਕੇ ਔਰ ਪ੍ਰਭੂ ਦੀ ਮਹਿਮਾ ਨੂੰ ਵਧਾ ਸਕਦੇ ਨੇ। ਸਾਰਿਆਂ ਨਗਰ ਨਿਵਾਸੀਆਂ ਨੂੰ ਬੇਨਤੀ ਆ ਕਿ ਅਸੀਂ ਆਪਣੇ ਪਰਮੇਸ਼ਵਰ ਨੂੰ ਅੱਜ ਜੋ ਪੂਰੇ ਸੰਸਾਰ ਦਾ ਮੁਕਤੀਦਾਤਾ ਹੋ ਕੇ ਸੰਸਾਰ ਵਿੱਚ ਆਏ ਔਰ ਉਹਨੇ ਸਾਡੇ ਸਾਰਿਆਂ ਦੇ ਵਾਸਤੇ ਇੱਕ ਪ੍ਰੇਮ ਦਾ ਸੰਦੇਸ਼ ਦਿੱਤਾ ਹੈ ਜਿਹਦੇ ਦੁਆਰਾ ਖੁਦਾ ਦੇ ਕਲਾਮ 'ਚ ਲਿਖਿਆ ਜਿਹੜਾ ਪਰਮੇਸ਼ਵਰ ਨੂੰ ਪਿਆਰ ਕਰਦਾ ਹੈ ਉਹ ਮਨੁੱਖਾਂ ਨੂੰ ਖੁਦਾ ਦੇ ਬਣਾਏ ਹੋਏ ਲੋਕਾਂ ਨੂੰ ਪਿਆਰ ਕਰਦਾ ਹੈ। ਜਿਹੜਾ ਖੁਦਾ ਦੇ ਬਣਾਏ ਹੋਏ ਲੋਕਾਂ ਨੂੰ ਪਿਆਰ ਨਹੀਂ ਕਰਦਾ ਸਾਰੇ 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 ਸਾਰ
ਯਿਸੂ ਮਸੀਹ ਇਸ ਧਰਤੀ ਤੇ ਪੈਦਾ ਹੋਏ, ਸਾਰੇ ਜਗਤ ਵਾਸਤੇ ਹੋਏ। 25 ਦਸੰਬਰ ਸਭ ਨੂੰ ਮੁਬਾਰਕਬਾਦੀ ਦਿੰਦੇ ਹਾਂ, ਬੜੇ ਦਿਨ ਕੀ ਆ ਵਧਾਈ ਦਿੰਦੇ ਹਾਂ। 25 ਦਸੰਬਰ 25 ਦਸੰਬਰ ਯਿਸੂ ਮਸੀਹ ਇਸ ਧਰਤੀ ਤੇ ਪੈਦਾ ਹੋਏ।